ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨਾਲ ਅੱਜ ਜਿਹੜੀ ਘਟਨਾ ਸਾਂਝੀ ਕਰਨ ਲੱਗੇ ਹਾਂ ਉਹ ਇੱਕ ਮਹਾਂਪੁਰਸ਼ਾਂ ਦੀ ਹੈ ਅਤੇ ਬਿਲਕੁਲ ਸੱਚੀ ਹੈ। ਹੁਸ਼ਿਆਰਪੁਰ ਦੇ ਲਾਗੇ ਇੱਕ ਪਿੰਡ ਦੇ ਵਿੱਚ ਇੱਕ ਬੜੇ ਕਰਨੀ ਵਾਲੇ ਮਹਾਂਪੁਰਸ਼ ਸੰਤ ਇੱਕ ਵਾਰੀ ਪਿੰਡ ਦੇ ਵਿੱਚ ਆਏ ਅਤੇ ਸੁਭਾਵਕ ਹੀ ਹੈ, ਜਿੱਥੇ ਗੁਣ ਹੁੰਦਾ ਹੈ, ਜਿੱਥੇ ਮਹਾਂਪੁਰਸ਼ਾਂ ਦੀ ਕਮਾਈ ਹੁੰਦੀ ਹੈ, ਸੰਤ ਜਾਂ ਸਾਧੂ ਹੁੰਦੇ ਹਨ, ਲੋਕ ਜਾਂ ਸੰਗਤ ਆਪਣੇ ਆਪ ਹੀ ਜੁੜਨਾ ਸ਼ੁਰੂ ਹੋ ਜਾਂਦੀ ਹੈ। ਸੋ ਜਦੋਂ ਮਹਾਂਪੁਰਸ਼ ਪਿੰਡ ਦੇ ਵਿੱਚ ਆਏ ਤਾਂ ਕਿਸੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਬੈਠੇ ਸਨ ਅਤੇ ਕਾਫੀ ਬੀਬੀਆਂ ਕੋਲ ਦੀ ਘਰ ਦੇ ਲੰਘੀਆਂ ਜਾ ਰਹੀਆਂ ਸਨ ਤਾਂ ਇੱਕ ਨੇ ਕਿਹਾ ਕਿ ਮਹਾਂਪੁਰਸ਼ਾਂ ਨੇ ਆਪਾਂ ਨੇ ਇਹਨਾਂ ਦੇ ਦਰਸ਼ਨ ਕਰਨੇ ਹਨ ਅਤੇ ਆਪਾਂ ਨਮਸਕਾਰ ਕਰਕੇ ਮਹਾਂਪੁਰਸ਼ਾਂ ਨੂੰ ਫਤਿਹ ਬੁਲਾ ਕੇ ਫਤਿਹ ਸਾਂਝ ਕਰਕੇ ਆਪਾਂ ਫਿਰ ਘਰ ਨੂੰ ਚੱਲਦੇ ਹਾਂ। ਉਹਨਾਂ ਦੇ ਵਿੱਚੋਂ ਇੱਕ ਬੀਬੀ ਕਹਿੰਦੀ ਕਿ ਮੈਂ ਨਹੀਂ ਕਿਸੇ ਸੰਤ ਨੂੰ ਮੰਨਦੀ, ਮੈਂ ਨਹੀਂ ਕਿਸੇ ਮਹਾਂਪੁਰਸ਼ ਨੂੰ ਮੰਨਦੀ, ਹੋਣਗੇ ਮੈਂ ਕੀ ਲੈਣਾ, ਤੁਸੀਂ ਜਾਣਾ ਮੱਥਾ ਟੇਕ ਲਓ, ਮੈਂ ਤਾਂ ਬਾਹਰੀ ਖੜ੍ਹੀ ਰਹਾਂਗੀ। ਇਹ ਸੁਣ ਕੇ ਸੰਗਤ ਵਾਰੀ ਵਾਰੀ ਮਹਾਂਪੁਰਸ਼ਾਂ ਨੂੰ ਨਮਸਕਾਰ ਕਰ ਰਹੀ ਸੀ ਅਤੇ ਮਹਾਂਪੁਰਸ਼ ਘਰ ਦੇ ਵਿਹੜੇ ਵਿੱਚ ਹੀ ਬੈਠੇ ਸਨ ਅਤੇ ਜਦੋਂ ਮਹਾਂਪੁਰਸ਼ਾਂ ਦੀ ਨਜ਼ਰ ਬਾਹਰ ਬੀਬੀ 'ਤੇ ਪਈ ਤਾਂ ਸੰਗਤ ਨੂੰ ਕਹਿੰਦੇ ਭਾਈ ਉਹਨੂੰ ਵੀ ਬੁਲਾ ਲਓ। ਅਤੇ ਸੰਗਤ ਦੇ ਕਹਿਣ 'ਤੇ ਉਹ ਬੀਬੀ ਵੀ ਆ ਗਈ ਅਤੇ ਉਹ ਕਹਿੰਦੀ ਨਾਲ ਦੀਆਂ ਨੂੰ ਵੀ ਮੈਂ ਬਾਬਾ ਜੀ ਨੂੰ, ਤੁਹਾਡੇ ਸੰਤ ਨੂੰ, ਮਹਾਂਪੁਰਸ਼ ਨੂੰ ਨਮਸਕਾਰ ਕੋਈ ਨਹੀਂ ਕਰਨੀ, ਮੈਂ ਖੜ੍ਹ ਜਾਵਾਂਗੀ ਜਾ ਕੇ। ਜਦੋਂ ਮਹਾਂਪੁਰਸ਼ਾਂ ਦੇ ਅੱਗੇ ਜਾ ਕੇ ਖੜ੍ਹੀ ਤਾਂ ਮਹਾਂਪੁਰਸ਼ ਵੀ ਅੱਗੋਂ ਕਮਾਈ ਵਾਲੇ ਸਨ, ਕਰਨੀ ਵਾਲੇ ਸਨ, ਜਾਣੀ ਜਾਣ ਸਨ ਤਾਂ ਕਹਿੰਦੇ ਭਾਈ ਇਹਨੂੰ ਤਾਂ ਨਹੀਂ ਸੰਤ ਮਹਾਂਪੁਰਸ਼ ਚੰਗੇ ਲੱਗਦੇ ਕਿਉਂਕਿ ਇਹਦੇ ਕੋਲ ਤਾਂ ਕੁੜੀਆਂ ਨੇ, ਰੱਬ ਨੇ ਇਹਨੂੰ ਮੁੰਡੇ ਦੀ ਦਾਤ ਤਾਂ ਦਿੱਤੀ ਨਹੀਂ, ਇਸ ਕਰਕੇ ਇਹ ਸੰਤ ਨੂੰ ਅਤੇ ਮਹਾਂਪੁਰਸ਼ਾਂ ਨੂੰ ਨਹੀਂ ਮੰਨਦੀ। ਇੰਨੀ ਗੱਲ ਸੁਣ ਕੇ ਉਹ ਬੀਬੀ ਬੜੀ ਹੈਰਾਨ ਹੋਈ ਵੀ ਇਹਨਾਂ ਨੂੰ ਕਿਵੇਂ ਪਤਾ ਵੀ ਮੇਰੇ ਮਨ ਦੇ ਵਿੱਚ ਇਹ ਗੱਲ ਚੱਲ ਰਹੀ ਆ। ਤਾਂ ਉਹਨੇ ਮਹਾਂਪੁਰਸ਼ਾਂ ਤੋਂ ਮਾਫ਼ੀ ਮੰਗੀ ਅਤੇ ਫਤਿਹ ਬੁਲਾਈ ਅਤੇ ਮਹਾਂਪੁਰਸ਼ਾਂ ਨੂੰ ਕਹਿੰਦੀ ਫਿਰ ਤੁਸੀਂ ਕਿਰਪਾ ਕਰ ਦਿਓ ਜੀ, ਤੁਸੀਂ ਬੇਟੇ ਦੀ ਦਾਤ ਦੇ ਦਿਓ, ਮੁੰਡੇ ਦੀ ਦਾਤ ਦੇ ਦਿਓ। ਤਾਂ ਮਹਾਂਪੁਰਸ਼ ਕਹਿੰਦੇ ਭਾਈ ਸਾਡੇ ਹੱਥ ਬਸ ਕੁਛ ਨਹੀਂ, ਇਹ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ, ਉਹੀ ਦਾਤਾਂ ਦੇਣ ਵਾਲੇ ਨੇ, ਅਸੀਂ ਕੌਣ ਹਾਂ। ਅਤੇ ਮਹਾਂਪੁਰਸ਼ ਕਹਿੰਦੇ ਭਾਈ ਤੁਸੀਂ ਅਰਦਾਸ ਕਰਿਆ ਕਰੋ ਗੁਰੂ ਰਾਮਦਾਸ ਮਹਾਰਾਜ ਅੱਗੇ, ਉਹੀ ਤੁਹਾਡੀ ਝੋਲੀ ਭਰਨਗੇ। ਉਹ ਬੀਬੀ ਫਿਰ ਬਾਲੀ ਖਹਿੜੇ ਪੈ ਗਈ ਵੀ ਬਾਬਾ ਜੀ ਹੁਣ ਤੁਸੀਂ ਕਹਿਆ ਗਾ ਜੇ ਹੁਣ ਤੁਸੀਂ ਇੰਨੀ ਕਰਨੀ ਵਾਲੇ ਹੋ, ਇੰਨੀ ਕਮਾਈ ਵਾਲੇ ਹੋ, ਇੰਨਾ ਕੁਝ ਜਾਣਦੇ ਹੋ, ਤੁਸੀਂ ਅੱਗੇ ਦੇ ਵੀ ਤਾਂ ਜਾਣਦੇ ਹੋਵੋਗੇ। ਮਹਾਂਪੁਰਸ਼ ਕਹਿੰਦੇ ਭਾਈ ਫਿਰ ਇਹ ਦੇਖ ਲਾ ਵੀ ਬੱਚੇ ਦੀ ਦਾਤ ਤਾਂ ਤੈਨੂੰ ਮਿਲ ਜੂਗੀ, ਮੁੰਡੇ ਦੀ ਇੱਕ ਨਹੀਂ ਦੋ ਨਹੀਂ, ਤੇਰੇ ਕੋਲ ਤਿੰਨ ਬੇਟੇ ਹੋਣਗੇ, ਪਰ ਸਾਡੀ ਇੱਕ ਸ਼ਰਤ ਆ। ਉਹ ਬੀਬੀ ਕਹਿੰਦੇ ਵੀ
ਮਹਾਂਪੁਰਸ਼ਾਂ ਨੂੰ ਵੀ ਮੈਨੂੰ ਤੁਹਾਡੀਆਂ ਜਿਹੜੀਆਂ ਵੀ ਸ਼ਰਤਾਂ ਨੇ ਮਨਜ਼ੂਰ ਨੇ। ਉਹ ਕਹਿੰਦੇ ਬਸ ਸ਼ਰਤ ਇਹੀ ਆ ਭਾਈ, ਜਿਹੜੇ ਤਿੰਨ ਹੋਣਗੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਸਾਨੂੰ ਦੇ ਦੇ। ਅਤੇ ਉਹ ਕਹਿੰਦੀ ਠੀਕ ਆ ਬਾਬਾ ਜੀ, ਵੀ ਇੱਕ ਬੱਚਾ ਮੈਂ ਤੁਹਾਨੂੰ ਦੇ ਦਾਂਗੀ। ਸਮਾਂ ਚਲੋ ਬੀਤਦਾ ਗਿਆ, 18 ਤੋਂ ਤਕਰੀਬਨ ਕਹਿੰਦੇ ਸੀਗੇ ਵੀ 20-22 ਸਾਲ ਹੋ ਗਏ ਸੀ ਇਸ ਗੱਲ ਨੂੰ। ਅਤੇ ਮਹਾਂਪੁਰਸ਼ ਫਿਰ ਉਸ ਪਿੰਡ ਵਿੱਚ ਆਏ ਅਤੇ ਸੰਗਤ ਨੂੰ ਕਹਿੰਦੇ ਭਾਈ ਇਸ ਤਰ੍ਹਾਂ ਕਰੋ, ਹੁਣ ਮੈਨੂੰ ਨਾ ਬੀਬੀ ਦੇ ਘਰ ਲੈ ਚੱਲੋ ਜਿਹੜੀ ਮੁੰਡਾ ਮੰਗਦੀ ਸੀ। ਅਤੇ ਮਹਾਂਪੁਰਸ਼ ਸੰਗਤ ਨੂੰ ਲੈ ਕੇ ਉਹਦੇ ਘਰ ਵੱਲ ਚਲੇ ਗਏ ਅਤੇ ਉਹ ਬੀਬੀ ਕੋਲ ਮਹਾਰਾਜ ਦੀ ਕਿਰਪਾ ਨਾਲ ਤਿੰਨ ਮੁੰਡੇ ਹੋ ਗਏ ਸੀ। ਇੱਕ ਮੁੰਡਾ ਉਹਨੇ ਖੇਤੀਬਾੜੀ ਚਲਾਤਾ, ਖੇਤੀਬਾੜੀ ਦਾ ਸਾਰਾ ਕੰਮ ਸੰਭਾਲਦਾ ਸੀਗਾ, ਕੁੜੀਆਂ ਵਿਆਹੀਆਂ ਗਈਆਂ। ਇੱਕ ਮੁੰਡਾ ਉਹਦਾ ਆਰਮੀ ਦੇ ਵਿੱਚ ਚਲਾ ਗਿਆ, ਫੌਜ 'ਚ ਭਰਤੀ ਹੋ ਗਿਆ। ਜਿਹੜਾ ਤੀਸਰਾ ਸੀ ਉਹਨੇ ਘਰ ਦੇ ਕੰਮਾਂ ਕਾਰਾਂ ਵਾਸਤੇ ਰੱਖਿਆ ਸੀ ਵੀ ਸਾਰਾ ਜੋ ਘਰ ਦਾ ਲੈਣ ਦੇਣ ਇਹ ਕਰੇਗਾ। ਅਤੇ ਜਦੋਂ ਮਹਾਂਪੁਰਸ਼ ਉਹਦੇ ਘਰੇ ਪੁੱਜੇ, ਘਰ ਪਹੁੰਚ ਗਏ ਤਾਂ ਉਹਨੇ ਜੀ ਆਇਆਂ ਕੀਤਾ, ਮਹਾਂਪੁਰਸ਼ਾਂ ਨੂੰ ਫਤਿਹ ਬੁਲਾਈ, ਨਮਸਕਾਰ ਕੀਤਾ। ਅਤੇ ਮਹਾਂਪੁਰਸ਼ਾਂ ਨੂੰ ਕਹਿੰਦੀ ਬਾਬਾ ਜੀ ਵੀ ਤੁਸੀਂ ਪ੍ਰਸ਼ਾਦਾ ਛਕ ਲਓ। ਮਹਾਂਪੁਰਸ਼ ਕਹਿੰਦੇ ਭਾਈ ਪ੍ਰਸ਼ਾਦਾ ਤਾਂ ਛਕ ਲਾਂਗੇ, ਅਸੀਂ ਤਾਂ ਤੈਨੂੰ ਤੇਰਾ ਵਾਅਦਾ ਯਾਦ ਕਰਾਉਣ ਆਏ ਹਾਂ ਵੀ ਤੂੰ ਇੱਕ ਸਾਡੇ ਨਾਲ ਵਾਅਦਾ ਕੀਤਾ ਸੀਗਾ। ਕਹਿੰਦੀ ਕੋਈ ਨਹੀਂ ਬਾਬਾ ਜੀ, ਤੁਸੀਂ ਪ੍ਰਸ਼ਾਦਾ ਤਾਂ ਛਕੋ। ਚਲੋ ਮਹਾਂਪੁਰਸ਼ਾਂ ਨੇ ਇੱਕ ਪ੍ਰਸ਼ਾਦਾ ਛਕਿਆ। ਫਿਰ ਮਹਾਂਪੁਰਸ਼ ਉਹੀ ਗੱਲ 'ਤੇ ਆ ਗਏ ਵੀ ਬੀਬਾ ਤੁਸੀਂ ਇੱਕ ਵਾਅਦਾ ਕੀਤਾ ਸੀ ਸਾਡੇ ਨਾਲ, ਅਤੇ ਹੁਣ ਜਲਦੀ ਕਰੋ, ਇੱਕ ਪੁੱਤਰ ਜਿਹੜਾ ਸਾਨੂੰ ਦਿਓ, ਸਾਨੇ ਸੇਵਾ ਲੈਣੀ ਆ, ਸਾਨੂੰ ਉਹਦੀ ਲੋੜ ਆ। ਅਤੇ ਬੀਬੀ ਅੱਗੋਂ ਮੁੱਕਰ ਗਈ, ਕਹਿੰਦੀ ਬਾਬਾ ਜੀ ਗੱਲ ਇੱਦਾਂ, ਕੁੜੀਆਂ ਹੁਣ ਵਿਆਹੀਆਂ ਗਈਆਂ, ਕਬੀਲਦਾਰੀ ਮੇਰੀ ਬਹੁਤ ਵੱਡੀ ਹੋ ਗਈ, ਇੱਕ ਮੁੰਡਾ ਮੇਰਾ ਫੌਜ 'ਚ ਭਰਤੀ ਹੋ ਗਿਆ, ਇੱਕ ਮੇਰਾ ਖੇਤੀਬਾੜੀ ਸਾਂਭਦਾ ਗਾ, ਆ ਤੀਜਾ ਘਰ ਦਾ ਕੰਮ ਸਾਂਭਦਾ, ਵੀ ਹੁਣ ਮੈਨੂੰ ਤਾਂ ਬਹੁਤ ਔਖਾ ਹੋਜੂਗਾ ਜੇ ਮੈਂ ਤੁਹਾਨੂੰ ਇੱਕ ਬੱਚਾ ਦੇਤਾ। ਮਹਾਂਪੁਰਸ਼ ਕਹਿੰਦੇ ਭਾਈ ਇਹਦਾ ਮਤਲਬ ਫਿਰ ਤੂੰ ਹੁਣ ਕੀਤੇ ਹੋਏ ਵਾਅਦੇ ਤੋਂ ਬਚਣ ਤੋਂ ਮੁੱਕਰ ਗਈ। ਅਤੇ ਮਹਾਂਪੁਰਸ਼ ਬਹੁਤ ਜ਼ਿਆਦਾ ਨਿਮਰਤਾ ਵਾਲੇ ਸਨ, ਕੋਈ ਗੁੱਸੇ ਨਹੀਂ ਹੋਏ, ਕੋਈ ਸ਼ਰਾਫ ਨਹੀਂ ਦਿੱਤਾ। ਕਹਿੰਦੇ ਚਲ ਭਾਈ ਠੀਕ ਆ, ਫਿਰ ਅਸੀਂ ਚੱਲਦੇ ਹਾਂ। ਕਹਿੰਦੇ ਕੋਈ ਨਹੀਂ, ਜਿਹੜਾ ਸਾਡਾ ਨਾ ਉਹਨੇ ਸਾਡੇ ਕੋਲ ਆਪਣੇ ਆਪ ਇੱਕ ਦਿਨ ਪਹੁੰਚ ਜਾਣਾ ਗਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਕੋਲ ਆਪੇ ਪਹੁੰਚ ਜੂਗਾ, ਤੈਨੂੰ ਦੇਣ ਦੀ ਲੋੜ ਨਹੀਂ ਭਾਈ, ਠੀਕ ਆ। ਸਰਬੱਤ ਦਾ ਭਲਾ ਕਹਿ ਕੇ ਮਹਾਂਪੁਰਸ਼ ਕਹਿੰਦੇ ਉੱਥੋਂ ਚਲੇ ਗਏ। ਅਤੇ ਸਮਾਂ ਆਇਆ, ਫਿਰ ਉਹੀ ਬੀਬੀ ਦਾ ਜਿਹੜਾ ਤੀਜਾ ਬੱਚਾ ਆਰਮੀ ਦੇ ਵਿੱਚ ਸੀਗਾ, ਫੌਜ ਦੇ ਵਿੱਚ ਸੀਗਾ, ਉਹਨੂੰ ਕਹਿ ਲਓ ਵੀ ਇਹੋ ਜਿਹੀ ਤਾਂਗ ਲੱਗੀ ਬੰਦਗੀ ਦੀ, ਸਿਮਰਨ ਦੀ, ਹੌਲੀ ਹੌਲੀ ਇੰਨੀ ਬੰਦਗੀ ਕਰਕੇ ਉਹ ਮਹਾਂਪੁਰਸ਼ਾਂ ਦੇ ਕੋਲ ਕਿਸੇ ਤਰੀਕੇ ਨਾਲ ਪਹੁੰਚ ਗਿਆ। ਅਤੇ ਉਹ ਆਪਾਂ ਫਿਰ ਜਾਣਦੇ ਹੀ ਹਾਂ ਮਹਾਂਪੁਰਸ਼ਾਂ ਨੂੰ, ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਜਿਹੜੇ ਹਰਖੋਵਾਲ ਵਾਲੇ ਹੋਏ ਨੇ, ਉਹ ਉਹੀ ਬੀਬੀ ਦੇ ਤੀਸਰੇ ਬੱਚੇ ਸਨ ਜਿਹੜੇ ਆਰਮੀ ਦੇ ਵਿੱਚੋਂ ਆ ਗਏ ਸੀਗੇ। ਅਤੇ ਫਿਰ ਆਪਾਂ
ਉਹਨਾਂ ਬਾਰੇ ਸੁਣਿਆ ਤਾਂ ਜ਼ਰੂਰ ਹੋਏਗਾ। ਉਹਨਾਂ ਨੇ ਵੀ ਬਹੁਤ ਸੰਗਤ ਦਾ ਭਲਾ ਕੀਤਾ, ਮਹਾਂਪੁਰਸ਼ਾਂ ਨੇ, ਬੜੀ ਕਰਨੀ ਵਾਲੇ ਮਹਾਂਪੁਰਸ਼ ਹਨ ਅਤੇ ਸੰਤ ਬਾਬਾ ਹੰਸਾਲੀ ਸਾਹਿਬ ਵਾਲੇ ਮਹਾਂਪੁਰਸ਼ ਨੇ ਜਿਹੜੇ, ਉਹਨਾਂ ਦੇ ਨਾਲ ਵੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਅਤੇ ਪਿਆਰ ਸੀਗਾ। ਸੋ ਇਸ ਤਰ੍ਹਾਂ ਸਾਧੂ ਤੋਂ ਜਾਂ ਮਹਾਂਪੁਰਸ਼ਾਂ ਤੋਂ ਜਦੋਂ ਵੀ ਕੋਈ ਅਸੀਸ ਲੈਣੀ ਆ ਜਾਂ ਕੋਈ ਵਚਨ ਕਰਦੇ ਨੇ ਤਾਂ ਮੰਨਿਆ ਜ਼ਰੂਰ ਕਰੋ, ਜਾਂ ਤਾਂ ਫਿਰ ਜਾਇਆ ਨਾ ਕਰੋ। ਜੇ ਕਿਸੇ ਸੰਤ ਨੂੰ ਮਹਾਂਪੁਰਸ਼ਾਂ ਨੂੰ ਮੰਨਦੇ ਹੋ, ਕੋਈ ਕਰਨੀ ਵਾਲੇ ਨੇ, ਮੈਂ ਕਿਸੇ ਪਖੰਡੀ ਸਾਧੂ ਦੀ ਸੰਤ ਦੀ ਗੱਲ ਨਹੀਂ ਕਰਾਂਗਾ, ਜਿਹੜੇ ਵਾਕਈ ਬਾਣੀ ਦੇ ਨਾਲ ਬਾਣੀ ਦੇ ਧਾਰਨੀ ਨੇ, ਜਿਨ੍ਹਾਂ ਨੇ ਆਪਣੀਆਂ ਗਿਆਨ ਇੰਦਰੀਆਂ 'ਤੇ ਕਾਬੂ ਕੀਤਾ ਹੋਇਆ, ਜਿਹੜੇ ਮਹਾਂਪੁਰਸ਼ ਸਿਰਫ ਨਿਰੰਕਾਰ ਦੀ ਗੱਲ ਕਰਦੇ ਨੇ, ਜਿਨ੍ਹਾਂ ਦਾ ਸੰਸਾਰ ਦੇ ਵਿੱਚ ਵਿਚਰਨਾ ਜ਼ਰੂਰ ਆ। ਸੋ ਜੇ ਕੋਈ ਮਹਾਂਪੁਰਸ਼ ਵਚਨ ਕਰਦਾ ਤਾਂ ਸੱਤ ਵਚਨ ਕਰਕੇ ਮੰਨ ਲਿਆ ਕਰੋ ਅਤੇ ਉਹਦੀ ਵਚਨ ਦੀ ਕਮਾਈ ਕਰੋ। ਬਾਕੀ ਜੇ ਸਾਖੀ ਆਪ ਜੀ ਨੂੰ ਚੰਗੀ ਲੱਗੀ, ਇਹ ਘਟਨਾ ਸੱਚੀ ਹੈ, ਇਹਨੂੰ ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ, ਕਿਉਂਕਿ ਆਪ ਜੀ ਨੂੰ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਵੀ ਟਾਈਮ ਮਿਲੇ ਕੋਈ ਨਾ ਕੋਈ ਗੁਰੂ ਦੇ ਪਿਆਰੇ ਦੀ ਗੱਲ ਸੁਣਾਈ ਜਾਵੇ, ਜਿਹਦੇ ਨਾਲ ਆਪਣੀ ਸ਼ਰਧਾ ਹੋਰ ਜ਼ਿਆਦਾ ਬਣੇ ਅਤੇ ਆਪਾਂ ਬਾਣੀ ਦੇ ਨਾਲ ਹੋਰ ਜ਼ਿਆਦਾ ਜੁੜੀਏ। ਜੀ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ, ਸਤਿਗੁਰੂ ਸਮਤ ਬਖਸ਼ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।